ਧੀਆਂ ਦੇ ਆ ਮਾਪਿਆਂ ਨੂੰ ਡਰ ਸਤਾਵੇ। ਕਿਤੇ ਸਾਡੀ ਧੀ ਦੇ ਨਾਲ ਆਣ ਹੋਣੀ ਨਾ ਹੋ ਜਾਵੇ। ਬੇਟਾ ਜੀ ਮੈਂ ਅੱਜ ਲੇਟ ਹੋ ਗਿਆ ਨਾ ਸ਼ਾਮ ਨੂੰ ਅਤੇ ਸਕੂਲ ਟਾਈਮ ਇਹਨੂੰ ਧਿਆਨ ਨਾਲ ਘਰ ਛੱਡ ਕੇ ਆਉਣਾ, ਠੀਕ ਆ? ਅੱਜ ਇਹਦੇ ਮੰਮੀ ਡੈਡੀ ਹੈ ਨਹੀਂ ਸੀ ਘਰੇ ਤਾਂ ਆਪਾਂ ਨਾਲ ਲੈ ਕੇ ਆਇਆ, ਠੀਕ ਆ? ਚੱਲ ਠੀਕ ਹੈ, ਚਲੋ ਬੇਟਾ, ਚੱਲ ਠੀਕ। ਉਹ ਬੜਾ ਟਾਈਮ ਹੋ ਗਿਆ, ਉਹ ਸਾਥੀ ਭੇਜੇ ਸੀ ਕਾਰਵਾਈ ਕਰਨ ਵਾਸਤੇ ਪਿੰਡ ਦੇ ਵਿੱਚ, ਉਹ ਪਤੰਦਰਾਂ ਨੂੰ ਭੋਰਾ ਫਿਕਰ ਫਾਕੀ ਨਹੀਂ, ਉਹ ਵੀ ਬਾਈ ਐਡਾ ਰੋਹੀ ਬੀਹਾ ਵਾਨ ਦੇ ਵਿੱਚ ਇਕੱਲਾ ਬੈਠਾ। ਸਾਲਾ ਕੋਈ ਸਕੀਮ ਏ ਨਾ ਲਾ ਜੇ। ਹੋਰ ਉਸਤਾਦ ਜੀ ਇੱਥੇ ਬੀਜਬਾਨ 'ਚ ਇਕੱਲੇ ਬੈਠੇ ਹੋ? ਓਏ ਜੱਗਾ ਕਿਤੇ ਇਕੱਲਾ ਨਹੀਂ ਬਹਿੰਦਾ, ਜੱਗਾ ਆਪਦੇ ਅੱਡੇ ਦੇ ਉੱਤੇ ਸਰਦਾਰੀ ਕਰਦਾ ਸਰਦਾਰੀ। ਉਹ ਦਿਖਾਉਣਾ ਤੈਨੂੰ 10-15 ਮਿੰਟ ਖੜ ਕਾਰਵਾਈ। ਉਹਨੂੰ ਵੀ ਆਪਣੇ ਨਾਲ ਰੱਖ ਲਓ। ਓਏ ਨਾਲ ਤਾਂ ਤੈਨੂੰ ਰੱਖ ਲਾਂਗੇ ਕਾਕੇ, ਪਰ ਸਾਡੇ ਕੰਮ ਥੋੜੇ ਜਿਹੇ ਟੇਢੇ ਮੇਢੇ ਜ਼ਰੂਰ ਹੁੰਦੇ ਆ। ਕੰਮ ਦੇ ਕੇ ਤਾਂ ਦੇਖੋ ਸਾਨੂੰ। ਕੰਮ ਫਿਰ ਕਰ ਲੇਗਾ ਮੈਂ ਕਿਹਾ ਜੀ, ਕਰ ਲਾਂਗੇ, ਤੁਸੀਂ ਕੰਮ ਦੇ ਕੇ ਦੇਖੋ ਸਾਨੂੰ। ਚਲੋ ਰਾਹ ਨੂੰ ਹੋ ਫਿਰ। ਓਏ ਘਬਰਾ ਗਿਆ ਕਾਕਾ? ਉਹ ਨਹੀਂ ਜੀ ਉਸਤਾਦ ਜੀ, ਘਬਰਾਉਣ ਦੀ ਲੋੜ ਨਹੀਂ, ਤੁਸੀਂ ਕੰਮ ਦਿੱਤਾ, ਕੰਮ ਪੂਰਾ ਹੋ ਗਿਆ ਸਮਝੋ। ਓਏ ਸਾਡੇ ਕੰਮਾਂ ਦੇ ਉੱਤੇ ਸ਼ੇਰ ਵਰਗੇ ਜਿਗਰੇ ਰੱਖਣੇ ਪੈਂਦੇ ਨੇ। ਤੁਸੀਂ ਕੰਮ ਦਿੱਤਾ, ਕੰਮ ਪੂਰਾ ਹੋ ਗਿਆ ਸਮਝੋ। ਕੰਮ ਤਾਂ ਜੱਗੇ ਬਾਈ ਦੇ ਚੁਟਕੀਆਂ ਵਾਲਾ ਹੁੰਦੇ ਨੇ, ਦਿਖਾਉਣਾ ਜਲਬਾ ਉਹ ਆਉਂਦੇ ਨੇ ਮੇਰੇ ਸਾਥੀ, ਦੇਖੀ ਫਿਰ ਕਿਵੇਂ ਕਾਰਵਾਈਆਂ ਕਰਦੇ ਨੇ। ਉਹ ਕਿਉਂ ਦੋਸਤੋ, ਕਿਉਂ ਸ਼ੇਰੋ, ਕੰਮ ਹੋ ਗਿਆ ਫਿਰ? ਬਾਈ ਜੀ ਜਿੱਥੇ ਦੀ ਖੜੀਏ ਵੈਰੀ ਦਾ ਭੱਜਦੇ ਆ ਭੱਜਦੇ। ਹੋ ਗਿਆ ਬਾਈ ਜੀ, ਹੋ ਗਿਆ, ਚੱਕਦੇ ਫਟੇ। ਕਿਉਂ ਆ ਹੁੰਦੇ ਨੇ ਕੰਮ ਕਰਦੇ ਨੇ ਚੁਟਕੀਆਂ ਨਾਲ? ਹਾਂਜੀ ਹਾਂਜੀ ਬਾਈ ਜੀ, ਚੱਕਾ ਏ ਫੱਟੇ ਜੀ, ਹੋ ਗਿਆ ਪੂਰਾ ਕੰਮ, ਉੱਡਦੇ ਨਹੀਂ ਬੰਦੇ ਹੁਣ। ਓਏ ਤੁਹਾਨੂੰ ਜੱਗੇ ਨੇ ਲਹੂ ਪਿਆਇਆ, ਲਹੂ ਲੋਕਾਂ ਦਾ ਲਹੂ ਪੀਣਾ ਲਹੂ। ਉਹ ਮਾਂ ਨਾ ਮੈਨੂੰ ਸੁੱਟ ਤੇ ਮਾਂ ਨਾ, ਅਸੀਂ ਕਰਨਾ ਹੀ। ਇਹ ਵੀ ਆਪਣਾ ਸਾਥੀ ਰਲਿਆ ਨਵਾਂ, ਇਹਨੂੰ ਕੰਮ ਸਮਝਾ ਤਾ। ਰਾਜ ਕਰਨਾ ਜੱਗੇ ਨੇ ਰਾਜ। ਇਹਨਾਂ ਨੂੰ ਹੁਣ ਪਤਾ ਲੱਗੂ ਵੀ ਪਿੰਡ ਦੇ ਉੱਤੇ ਕਿਵੇਂ ਜੱਗਾ ਬਾਈ ਕਾਰਵਾਈਆਂ ਕਰਦਾ। ਸਾਲਿਆਂ ਨੇ ਇਹੀ ਸੋਚ ਲਿਆ ਸੀ ਵੀ ਕਿਤੇ ਜੰਗਲ ਦੇ ਵਿੱਚ, ਓਏ ਜੰਗਲ ਦੇ ਵਿੱਚ ਭੁੱਖਾ ਜੱਗਾ ਸ਼ੇਰ ਆ ਸ਼ੇਰ। ਮੈਂ ਚੰਨ ਨੂੰ ਤਿਆਰ ਕਰਤਾ ਵਾ, ਇਹਨੂੰ ਹੁਣ ਸਕੂਲ ਛੱਡ ਆਓ ਤੁਸੀਂ। ਜਾਨ ਵੀ ਅੱਜ ਮੈਨੂੰ ਨਾ ਥੋੜ੍ਹਾ ਜਿਹਾ ਕੰਮ ਪੈ ਗਿਆ, ਉਹ ਖੇਤੀਬਾੜੀ ਬਾਰੇ ਨਾ ਅੱਜ ਵੱਡੇ ਵੱਡੇ ਅਫਸਰ ਆਏ ਆ,
ਉਹਨਾਂ ਕਰਕੇ ਮੈਨੂੰ ਜਾਣਾ ਪੈ ਗਿਆ। ਕੋਈ ਨਹੀਂ ਜਾਣੇ ਵੀ ਫਿਕਰ ਨਹੀਂ ਕਰੀਦਾ ਦਾ ਜਦ ਮਾਹੌਲ ਨਹੀਂ ਹੈਗਾ ਤੁਸੀਂ ਇਹਨੂੰ ਛੱਡ ਆਂਦੇ ਜਨ ਵੀ ਜੇ ਮੇਰਾ ਆਉਂਦਾ ਹੈ ਟਾਈਮ ਲੱਗ ਗਿਆ ਤਾਂ ਮੈਂ ਲੈ ਆਵਾਂਗਾ ਆਉਂਗੇ ਲੈ ਆਇਓ ਹਾਂ ਕੋਈ ਫਿਕਰ ਨਹੀਂ ਕਰੀਦਾ ਦਾ ਠੀਕ ਆ ਕੁੜੀ ਚੱਕ ਲਏ ਓਏ ਕੁੜੀ ਹੁਣ ਪਤਾ ਲੱਗੂ ਪਿੰਡ ਵਾਲਿਆਂ ਨੂੰ ਵੀ ਜੱਗਾ ਪਿੰਡ ਦੇ ਵਿੱਚ ਕਿਵੇਂ ਹਾਹਾਕਾਰ ਮਚਾਉਂਦਾ ਓਏ ਕੂਕਾ ਮਚਾ ਦੂੰ ਪਿੰਡ ਦੇ ਵਿੱਚ ਕੂਕਾ ਓ ਕਰਿਆ ਪਿੰਡ ਦੇ ਵਿੱਚ ਕੰਮ ਓ ਉਸਤਾਦ ਜੀ ਕੰਮ ਫਤਿਹ ਕਰ ਆਂਦਾ ਓਏ ਜੱਗੇ ਨੌ ਦੀਆਂ ਪਿੰਡ ਦੇ ਵਿੱਚ ਤਾਰਾਂ ਖੜਕਾ ਦੋ ਤਾਰਾਂ ਪਤਾ ਲੱਗੇ ਵੀ ਪਿੰਡ ਦੇ ਵਿੱਚ ਜੱਗਾ ਬਦਵਾਸ਼ ਆਇਆ ਓਏ ਕੁੜੀਏ ਤੁਸੀਂ ਐਂ ਕਰੋ ਅਗਲਾ ਕੰਮ ਸਾਮੋ ਜਾਓ ਇਹਨੂੰ ਮੈਂ ਦੇਖਦਾ ਠੀਕ ਆ ਜਾਓ ਪਤਾ ਲੱਗ ਜੂ ਪਿੰਡ ਵਾਲਿਆਂ ਨੂੰ ਓ ਕੁੜੀਏ ਹੁਣ ਕਿੱਥੇ ਕਿੰਨਾ ਟਾਈਮ ਹੋ ਗਿਆ ਹਲੇ ਆਏ ਨੀ ਚੰਨ ਦਾ ਵੀ ਕੁਛ ਪਤਾ ਨੀ ਲੱਗ ਰਿਹਾ ਹਲੇ ਤੱਕ ਆਏ ਨੀ ਹੈਗੇ ਚੰਨ ਦਾ ਵੀ ਕੁਛ ਪਤਾ ਨੀ ਹੈਗਾ ਇਹ ਵੀ ਨਹੀਂ ਇੰਨਾ ਟਾਈਮ ਹੋ ਗਿਆ ਜਾਨਵੀ ਕੀ ਗੱਲ ਘਬਰਾਈ ਹੋਈ ਹੈ ਕੀ ਚੱਕਰ ਹੈ ਚੰਨ ਕਿੱਥੇ ਆ ਮੈਨੂੰ ਲੱਗੇ ਤੁਸੀਂ ਚੰਨ ਨੂੰ ਲੈਣ ਗਏ ਹੋਏ ਆ ਮੈਂ ਤਾਂ ਯੂਨੀਵਰਸਿਟੀ ਤੋਂ ਆਇਆ ਉੱਥੇ ਟਾਈਮ ਜ਼ਿਆਦਾ ਲੱਗ ਗਿਆ ਟਾਈਮ ਹੋ ਗਿਆ ਤੁਸੀਂ ਚੰਨ ਦਾ ਮੈਨੂੰ ਤਾਂ ਇਹ ਸੀ ਤੁਸੀਂ ਚੰਨ ਲੈ ਕੇ ਆਉਂਗੇ ਨਹੀਂ ਨਹੀਂ ਚੱਲ ਮੈਂ ਹੁਣ ਚੱਲਿਆ ਸਕੂਲ ਜਾਓ ਜਲਦੀ ਜਾਓ ਹਾਂ ਚੰਨ ਦੇ ਸਕੂਲ ਚੱਲਿਆ ਤੂੰ ਐਂ ਕਰ ਚੰਨ ਦੇ ਸੇਲੇ ਦੇ ਘਰ ਜਾ ਕੇ ਠੀਕ ਹੈ ਮੈਂ ਉੱਧਰ ਜਾ ਕੇ ਹਾਂ
ਤੁਹਾਡੀ ਬੇਟੀ ਆਈ ਹੈ ਸਕੂਲੋਂ? ਹਾਂਜੀ, ਸਾਡੇ ਬੱਚੇ ਤਾਂ ਆ ਗਏ। ਕੀ ਹੋਇਆ? ਮੇਰੀ ਬੇਟੀ ਹਲੇ ਤੱਕ ਸਕੂਲੋਂ ਨਹੀਂ ਆਈ ਹੈਗੀ। ਕੀ ਗੱਲ ਹੋ ਗਈ? ਪਿੱਛੋਂ ਤਾਂ ਪਤਾ ਨਹੀਂ ਲੱਗ ਰਿਹਾ, ਮੈਂ 4-5 ਵਜੇ ਚੱਲੇ ਨਹੀਂ। ਚਲੋ ਠੀਕ ਆ, ਮੈਂ ਬੇਟੀ ਦੇਖਦੀ ਹਾਂ। ਹੈਲੋ ਜਾਨਵੀ, ਸਕੂਲ ਤਾਂ ਤਾਲਾ ਲੱਗਿਆ ਹੋਇਆ, ਛੁੱਟੀ ਹੋ ਗਈ ਉਰੇ। ਉਹਨਾਂ ਦੇ ਬੱਚੇ ਤਾਂ ਆ ਗਏ ਆ ਘਰੇ। ਆ ਗਏ? 4-5 ਵੱਜ ਗਏ ਨੇ, ਤੁਸੀਂ ਛੇਤੀ ਆ ਜਾਓ, ਆਪਾਂ ਥਾਣੇ ਜਾ ਕੇ ਆਉਂਦੇ ਹਾਂ। ਚੱਲ ਮੈਂ ਆ ਗਿਆ ਫਿਰ, ਫਟਾਫਟ ਦੇਖ ਇੱਧਰ ਉੱਧਰ ਦੇਖ ਕੇ ਆ ਵੀ ਕਿਤੇ ਰਸਤੇ 'ਚ ਖੇਡਣ ਨਾ ਲੱਗੀ ਹੋਵੇ। ਚੱਲ ਮੈਂ ਆ ਗਿਆ, ਫਟਾਫਟ ਆ ਗਿਆ। ਜੱਗੇ ਵਾਲੇ ਕੇਸ ਤਾਂ ਆਪਾਂ ਨੂੰ ਤਾਂ ਕੰਮ ਹੋ ਗਿਆ ਹੋਇਆ ਆਪਣਾ। ਛੱਡੋ ਜਨਾਬ, ਕਰੋ ਰੋਕਾ ਟੋਕਾ। ਚਲੋ ਕੋਈ ਨਾ, ਦੇਖਦੇ ਹਾਂ ਫਿਰ ਕਰਦੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੇਰੀ ਨਾ ਗੁੜੀਆ ਉਹ ਸਰਪੰਚ ਕਹਿੰਦਾ ਸੀ ਵੀ ਤੁਸੀਂ ਥਾਣੇ ਰਿਪੋਰਟ ਲਿਖਾਇਆ ਹੋ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ, ਕਾਰਵਾਈ ਕਰਦੇ। ਕੋਈ ਗੱਲ ਨਹੀਂ, ਪਲੀਜ਼ ਸਾਡੀ ਹੈਲਪ ਕਰੋ, ਮੇਰੀ ਬੇਟੀ ਮਿਲ ਨਹੀਂ ਰਹੀ ਹੈਗੀ। ਕੋਈ ਨਾ, ਕੋਈ ਨਾ, ਕਾਰਵਾਈ ਕਰਦੇ ਆਪਾਂ, ਦੇਖਦੇ ਆਪਾਂ ਸਾਰਾ। ਸਾਡੀ ਬੇਨਤੀ, ਸਾਡੇ ਗਰੀਬ ਬੰਦਿਆਂ ਦੀ ਹੈਲਪ ਕੀਤੀ ਜਾਵੇ। ਕੋਈ ਗੱਲ ਨਹੀਂ, ਕੋਈ ਨਾ, ਕੋਈ ਗੱਲ ਨਹੀਂ, ਕੋਈ ਨਹੀਂ, ਸਾਰਾ ਸਾਰਾ ਦੇਖਦੇ। ਚਲੋ ਕੋਈ ਗੱਲ ਨਹੀਂ, ਤੁਸੀਂ ਜਾਓ, ਅਸੀਂ ਕਾਰਵਾਈ ਕਰਦੇ ਹਾਂ। ਰਿਕਵੈਸਟ ਆ, ਪਲੀਜ਼ ਕਰੋ। ਕੋਈ ਗੱਲ ਨਹੀਂ, ਕੋਈ ਨਾ, ਕਰਦੇ। ਚਲੋ ਕੋਈ ਗੱਲ ਨਹੀਂ, ਤੁਸੀਂ ਜਾਓ, ਅਸੀਂ ਕਾਰਵਾਈ ਕਰਦੇ ਹਾਂ। ਕੋਈ ਗੱਲ ਨਹੀਂ, ਕੋਈ ਨਾ, ਕਰਦੇ। ਸਰਪੰਚ ਸਾਹਿਬ ਜੀ, ਹਾਂਜੀ, ਤੁਹਾਨੂੰ ਪਿੰਡ ਦੀ ਖਬਰ ਦਾ ਪਤਾ ਚੱਲਿਆ ਕੋਈ? ਕਿਹੜੀ? ਜਗਤਾਰ ਦੀ ਕੁੜੀ ਦੀ। ਹਾਂ, ਜਗਤਾਰ ਦੀ ਕੁੜੀ ਦੀ ਖਬਰ ਮੇਰੇ ਕੋਲ ਪਹੁੰਚ ਗਈ ਸੀ। ਹਾਂਜੀ, ਕੋਈ ਗੱਲ ਨਹੀਂ, ਥਾਣੇ ਵੀ ਇਤਲਾਹ ਦਿੱਤੀ ਹੋਈ ਆ, ਕਾਰਵਾਈ ਕਰ ਰਹੇ ਹਾਂ ਆਪਾਂ। ਕੋਈ ਐਸੀ ਗੱਲ ਨਹੀਂ, ਪੂਰੀ ਕਾਰਵਾਈ ਕਰਾਂਗੇ ਸਾਰੇ ਪਿੰਡ ਦੇ ਨਾਲ, ਸਹਿਮਤੀ ਨਾਲ ਜਿੱਦਾਂ ਵੀ ਹੋਊਗਾ ਉਦਾਂ ਕਰਾਂਗੇ। ਨਹੀਂ, ਉਹ ਤਾਂ ਠੀਕ ਹੈ, ਦੇਖੋ ਜੀ, ਸਭ ਦੇ ਘਰ ਮਾਂ ਧੀਆਂ ਹੈਗੀਆਂ ਕਿ ਸਾਨੂੰ ਆਪਦੇ ਬੱਚੇ ਦੇ ਵੀ ਕੁੜੀਆਂ ਦਾ ਧਿਆਨ ਹੈਗਾ। ਕੋਈ ਗੱਲ ਨਹੀਂ, ਬੇਫਿਕਰ ਹੋ ਜਾਓ ਤੁਸੀਂ, ਆਪਾਂ ਪੂਰੀ ਕਾਰਵਾਈ ਕਰਾਂਗੇ। ਸਵੈਟਰ ਕੀ ਦਾ, ਇਹ ਤਾਂ ਲੱਗਦਾ ਮੈਨੂੰ ਜਗਤਾਰ ਦੀ ਕੁੜੀ ਆ ਸਵੈਟਰ। ਇਹ ਜਿਹੜੀ ਪਰਸੋਂ ਕੁੜੀ ਗਾਇਬ ਹੋਈ ਹੈ, ਇਹ ਉਹਦਾ ਸਵੈਟਰ ਹੈ। ਇਹ ਤੇਰੀ ਕੁੜੀ ਦਾ ਸਵੈਟਰ ਖੰਡਰੋਂ 'ਚ ਮਿਲਿਆ, ਇਹ ਮੈਂ ਜਾ ਕੇ ਸਰਕਾਰ ਨੂੰ ਦੱਸਦਾ ਜੀ। ਮੈਂ ਜਾ ਕੇ ਸਰਪੰਚ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਮੈਨੂੰ ਖੰਡਰਾਂ 'ਚੋਂ ਇੱਕ ਸਵੈਟਰ ਮਿਲੀ ਹੈ, ਇਹ ਮੈਨੂੰ ਲੱਗਦਾ ਜਗਤਾਰ ਦੀ ਕੁੜੀ ਦੀ ਹੈ। ਬੈਠੋ ਤੁਸੀਂ ਸਰਪੰਚ ਸਾਹਿਬ। ਹਾਂਜੀ, ਧੀਆ ਭੈਣਾਂ ਘਰ 'ਚ ਹੈਗੀ ਹੈ, ਸਾਨੂੰ ਵੀ ਡਰ ਹੈ, ਅਤੇ ਤੁਸੀਂ ਗਰੀਬ ਬੰਦੇ ਮਦਦ ਕਰੋ, ਤੁਸੀਂ ਮਦਦ ਕਿਉਂ ਨਹੀਂ ਕਰਦੇ ਪੈਸੇ ਦੀ? ਕੋਈ ਗੱਲ ਨਹੀਂ, ਮਦਦ ਕਰ ਰਹੇ ਹਾਂ, ਸਾਨੂੰ ਸਾਰਾ ਬਤਾਇਆ। ਤੁਸੀਂ ਸਾਰੇ ਇੱਕੋ ਗੱਲ ਦੇ ਮਗਰ ਕਿਉਂ ਪੈ ਗਏ? ਅਸੀਂ ਪਿੰਡ 'ਚ ਅਨਾਊਂਸਮੈਂਟ ਵੀ ਕਰਾਈ ਆ, ਪੁਲਿਸ ਵਾਲੇ ਵੀ ਕਾਰਵਾਈ ਕਰ ਰਹੇ ਆ, ਪੂਰੀ ਕਾਰਵਾਈ ਹੋਊਗੀ, ਐਸੀ ਗੱਲ ਨਹੀਂ। ਸਰਪੰਚ ਦੀ ਬਦਨਾਮੀ ਨਾ ਕਰਾਓ, ਕਾਰਵਾਈ ਚੱਲ ਰਹੀ ਆ, ਕੋਈ ਨਹੀਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਕਾਰਵਾਈ ਚੱਲ ਰਹੀ ਆ, ਕੋਈ ਨਹੀਂ ਕਰਾਂਗੇ। ਓ ਹਾਂ ਬਈ, ਅੱਗੇ ਕੀ ਖਬਰ ਆ ਫਿਰ? ਜਿਹੜਾ ਪਰਸੋਂ ਕਾਰਨਾਮਾ ਕੀਤਾ, ਕੁੜੀ ਦੇ ਪਿਓ ਨੇ ਪੁਲਿਸ ਨੂੰ ਖਬਰ ਦੇ ਦਿੱਤੀ ਆ, ਸਾਨੂੰ ਫਰਾਰ ਹੋਣਾ ਪੈਣਾ ਹੁਣ। ਅੱਛਾ, ਆਪਣੇ ਅੱਡੇ ਦਾ ਇਹਦਾ ਮਤਲਬ ਪੁਲਿਸ ਨੂੰ ਪਤਾ ਲੱਗ ਗਿਆ? ਹਾਂਜੀ ਉਸਤਾਦ ਜੀ, ਹਾਂਜੀ। ਫਿਰ ਕੋਈ ਗੱਲ ਨਹੀਂ, ਮੈਂ ਕਰਦਾ ਗੱਲ। ਓ ਹਾਂ ਥਾਣੇਦਾਰਾ, ਕੀ ਗੱਲ ਆ? ਜੱਗਾ ਬੋਲਦਾ ਮੈਂ, ਜੱਗਾ। ਓਏ ਆਪਣੇ ਬੱਚੇ ਨੇ, ਕੋਈ ਗੱਲ ਨਹੀਂ, ਕੇਸ ਨੂੰ ਰਫੂ ਦਫੂ ਕਰੋ। ਓਏ ਜਿੰਨੀ ਤੁਹਾਡੀ ਤਨਖਾਹ ਗਈ
ਓਏ ਢੇਰੀਆਂ ਲਾ ਦੂੰ ਢੇਰੀਆਂ। ਠੀਕ ਆ ਮੈਂ ਕਰਦਾ ਬੰਦੇ। ਓਏ ਗੱਲ ਸੁਣ ਲਓ ਮੁੰਡਿਓ, ਆਪਣੇ ਅੱਡੇ ਦਾ ਤਾਂ ਲੱਗ ਗਿਆ ਪਤਾ, ਪੁਲਿਸ ਨੂੰ ਤਾਂ ਮੈਂ ਹੁਣ ਆਪਣੇ ਆਪ ਕਬਜ਼ੇ 'ਚ ਕਰ ਲੂੰ। ਤੁਸੀਂ 5-7 ਦਿਨ ਲਈ ਕਿਸੇ ਪਾਸੇ ਟਿੱਪ ਜੋ, ਪਿੰਡ ਵਗ ਜਾਂਦੇ ਆ। ਹਾਂ ਆਪਦਾ ਮੈਂ ਕੁਛ ਸੋਚਦਾਗਾ। ਠੀਕ ਆ ਠੀਕ ਆ ਉਸਤਾਦ ਜੀ। ਹਾਂ ਬਾਈ ਸਾਨੂੰ ਸਾਰਿਆਂ ਨੂੰ ਜਾਣਾ ਪੈਣਾ। ਸਾਰੇ ਜਾਵੋਗੇ? ਹਾਂਜੀ ਹਾਂਜੀ ਬਾਈ। ਉਹ ਮੈਨੂੰ ਸਰਕਾਰ ਕੌਣ ਲਿਆ ਕੇ ਦਊਗਾ? ਸਾਰੇ ਜਾਣਾ ਪੈਣਾ ਉਸਤਾਦ ਜੀ, ਜਾਣਾ ਪੈਣਾ। ਚੱਲ ਕੋਈ ਗੱਲ ਨਹੀਂ, ਤੇ ਜਲਦੀ ਮੁੜ ਕੇ ਆਇਓ, ਜਲਦੀ ਜਲਦੀ। ਆਪਦਾ ਖਿਆਲ ਰੱਖਿਓ, ਜਾਓ ਫਿਰ ਫਟਾਫਟ। ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ ਉਰਾਂ ਪਰਾਂ ਹੋ ਜਾਓ, ਬਾਕੀ ਮੈਂ ਦੇਖਦਾ। ਉਹ ਇੰਨੀ ਕੁ ਤਾਂ ਜੱਗੇ ਨੇ ਦਹਿਸ਼ਤ ਪਾਈ ਆ, ਜਲਦੀ ਮੁੜ ਕੇ ਆਇਓ। ਬਾਕੀ ਕੋਈ ਗੱਲ ਨੀ, ਮੈਂ ਤਾਂ ਕੋਈ ਹੀਲਾ ਕਰਨੀ ਪਊਗਾ, ਲੱਗਦਾ ਅੱਡਾ ਥੋੜਾ ਜਿਹਾ ਉਰਾਂ ਪਰਾਂ ਕਰਨਾ ਪਊ। ਕੋਈ ਗੱਲ ਨੀ ਦੇਖਦੇ ਆ। ਅੱਜ ਕੱਲ ਕੁੜੀਆਂ ਨਾਲ ਜ਼ਿਆਦਾ ਹੀ ਧੱਕਾ ਹੋ ਰਿਹਾ, ਹੈ ਨਾ ਜੀ? ਬਹੁਤ ਦੁਖਦਾਈ ਗੱਲ ਆ। ਹਾਂ ਕੋਈ ਨਹੀਂ, ਆਪਾਂ ਕਰਦੇ ਹਾਂ ਹੱਲ, ਪੂਰਾ ਪਰਮਾਨੈਂਟ ਹੱਲ ਕਰਾਂਗੇ ਇਹਦਾ। ਕਈ ਖਬਰਾਂ ਆ ਰਹੀਆਂ ਆ ਉੱਧਰੋਂ ਵੀ ਇੱਧਰੋਂ ਵੀ, ਕਾਫੀ ਕੁੜੀਆਂ ਨਾਲ ਹੋ ਰਿਹਾ ਆ, ਨਜਾਇਜ਼ ਹੋ ਰਹੀ ਆ ਬਹੁਤ। ਮੇਰੇ ਕੋਲ ਬਹੁਤ ਖਬਰਾਂ ਆ ਰਹੀਆਂ, ਕੋਈ ਨਹੀਂ ਆਪਾਂ ਕਰਦੇ ਹਾਂ ਹੱਲ, ਕੁਛ ਨਾ ਕੁਛ ਕਰਾਂਗੇ। ਪਿੱਛੇ ਹੋਵੇ ਸਰਕਾਰ, ਜਦੋਂ ਗੁੰਡਿਆਂ ਦੀ ਪਿੱਠ ਪਿੱਛੇ ਹੋਵੇ ਸਰਕਾਰ, ਲੋਕ ਮਨ ਮਾਰ ਲੈਣ ਉੱਠ ਸਬਰ ਦਾ ਪੀ, ਬਲੀ ਰੇ ਪਦੀ ਚੜੇ ਨਾ ਰੱਬਾ ਵੈਰੀ ਦੀ ਵਿਧੀ, ਬਲੀ ਰੇ ਪਦੀ ਚੜੇ ਨਾ ਰੱਬਾ। ਭਾਅ ਜੀ ਮੇਰੀ ਕੁੜੀ ਨਾ 2-3 ਦਿਨਾਂ ਤੋਂ ਲੱਭ ਨਹੀਂ ਰਹੀ, ਮੈਂ ਪੁਲਿਸ ਕੰਪਲੇਂਟ ਵੀ ਕੀਤੀ ਆ। ਹਾਂਜੀ ਅਤੇ ਸਰਪੰਚ ਕੋਲ ਵੀ ਗਿਆ ਸੀਗਾ, ਉਹਨਾਂ ਨੇ ਮੈਨੂੰ ਕੋਈ ਰਾਹ ਨਹੀਂ ਦਿੱਤਾ। ਸਰ ਬਹੁਤ ਮਾੜੀ ਗੱਲ ਹੈ, ਇੱਕ ਤਾਂ ਨਾ ਸਾਡੇ ਸਮਾਜ ਦੇ ਵਿੱਚ ਇੱਦਾਂ ਦੀਆਂ ਬੜੀਆਂ ਘਟਨਾਵਾਂ ਹੋ ਰਹੀਆਂ ਨੇ, ਜਿਹੜਾ ਕਿ ਸਾਡੀਆਂ ਧੀਆਂ ਭੈਣਾਂ ਦੇ ਨਾਲ ਇੱਦਾਂ ਦੇ ਮਤਲਬ ਕਾਂਡ ਹੁੰਦੇ ਆ। ਮੈਨੂੰ ਬੜਾ ਦੁੱਖ ਆ ਤੁਹਾਡਾ ਸੁਣ ਕੇ, ਕਿਉਂਕਿ ਤੁਸੀਂ ਵੀ ਇੱਕ ਪਿਓ, ਮੇਰੇ ਵੀ ਬੱਚੇ ਆ। ਅੱਜ ਅਗਰ ਤੁਹਾਡੇ ਬੱਚੇ ਦੇ ਨਾਲ ਇਹੋ ਜਿਹਾ ਕੁਛ ਹੋਇਆ, ਕੱਲ੍ਹ ਮੇਰੇ ਨਾਲ ਵੀ ਹੋ ਸਕਦਾ। ਕੋਈ ਗੱਲ ਨਹੀਂ, ਤੁਸੀਂ ਮੇਰੇ ਕੋਲ ਕੋਈ ਆਸ ਲੈ ਕੇ ਆਏ ਹੋ, ਮੈਂ ਕਰਦਾ ਵਾਂ ਕੁਛ, ਪਤਾ ਕਰਦਾ ਵਾਂ, ਮੇਰੀ ਹੈਲਪ ਕਰਦਾ। ਹਾਂਜੀ ਅਤੇ ਤੁਹਾਡੀ ਬੇਟੀ ਲਾ ਪਤਾ ਕਿੱਥੋਂ ਹੋਈ ਹੈ? ਉਹਨਾਂ ਨੂੰ ਜੀ ਮੇਰੇ ਘਰ ਦੇ ਸਕੂਲ ਛੱਡਣ ਗਏ ਸੀਗੇ ਅਤੇ ਵਾਪਸ ਨਹੀਂ ਆਏ। ਯਾਨੀ ਕਹਿਣ ਦਾ ਮਤਲਬ ਸਕੂਲੇ ਛੱਡ ਕੇ ਆਏ ਸੀਗੇ ਅਤੇ ਸਕੂਲੋਂ ਬੇਟੀ ਤੁਹਾਡੀ ਬਾ ਲਾਪਤਾ ਹੋ ਗਈ? ਹਾਂਜੀ ਉਸ ਤੋਂ ਬਾਅਦ ਵਾਪਸ ਨਹੀਂ ਆਏ। ਅਤੇ ਅੱਛਾ ਜਿਹੜੀ ਇਹ ਘਟਨਾ ਹੋਈ ਆ, ਤੁਸੀਂ ਇਹਦੀ ਪਿੰਡ ਦੇ ਸਰਪੰਚ ਦੇ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਆ ਵੀ ਸਰਪੰਚ ਦੇ ਪਿੰਡ ਦੇ ਪੰਚਾਇਤ ਲੈਵਲ 'ਤੇ ਉਹ ਤੁਹਾਡੀ ਕੋਈ ਮਦਦ ਕਰਨ? ਹਾਂਜੀ ਸਰਪੰਚ ਕੋਲ ਵੀ ਗਏ ਸੀਗੇ ਅਤੇ ਥਾਣੇ ਵੀ ਜਾ ਕੇ ਆਏ, ਉਹਨਾਂ ਨੇ ਕੋਈ ਸਾਨੂੰ ਰਾਹ ਸਿਰਾ ਨਹੀਂ ਦਿੱਤਾ ਜੀ, ਹਾਰ ਕੇ ਸਾਨੂੰ ਤੁਹਾਡੇ ਕੋਲ ਆਉਣਾ ਪਿਆ। ਕੋਈ ਗੱਲ ਨਹੀਂ ਜੀ, ਤੁਸੀਂ ਸਾਡੇ ਕੋਲ ਆਸ ਲੈ ਕੇ ਆਏ ਹੋ ਤਾਂ ਅਸੀਂ ਕੁਛ ਨਾ ਕੁਛ ਕਰਦੇ ਹਾਂ। ਤੁਸੀਂ ਵੇਟ ਕਰੋ, ਮੈਨੂੰ ਥੋੜ੍ਹਾ ਸਮਾਂ ਦਿਓ, ਮੈਂ ਹੁਣੇ ਹੀ ਮਤਲਬ ਮੇਰੇ ਕੋਲ ਤੁਸੀਂ ਕੱਲ੍ਹ ਦੁਬਾਰਾ ਆਓ ਅਤੇ ਮੈਂ ਤੁਹਾਨੂੰ ਜ਼ਰੂਰ ਪਤਾ ਕਰਕੇ ਦੱਸ ਦੇਵਾਂ ਤੁਹਾਡੀ ਬੇਟੀ ਬਾਰੇ। ਹੈਲੋ, ਹਾਂ ਵੀ ਦੀਪ, ਕੀ ਹਾਲ ਚਾਲ ਆ? ਯਾਰ ਇੱਕ ਕੰਮ ਕਰਨਾ ਸੀਗਾ, ਮੈਂ ਆਪਣੇ ਕੋਲ ਬੰਦਾ ਆਇਆ ਸੀ ਵਿਚਾਰਾ ਕੋਈ ਨਾ,
ਜਗਤਾਰ ਨਾਂ ਦਾ, ਉਹਨੇ ਯਾਰ ਪੁਲਿਸ ਕੰਪਲੇਂਟ ਵੀ ਕਰੀ ਆ ਅਤੇ ਪੰਚਾਇਤ ਵਗੈਰਾ ਤੋਂ ਵੀ ਉਹਨੇ ਮਤਲਬ ਮਦਦ ਲੈਣ ਦੀ ਕੋਸ਼ਿਸ਼ ਕੀਤੀ ਆ। 2 ਦਿਨ ਹੋ ਗਏ ਉਹਨਾਂ ਦੀ ਨਾ ਬੇਟੀ ਸਕੂਲ ਤੋਂ ਲਾਪਤਾ ਹੋ ਗਈ, ਘਰ ਨਹੀਂ ਆਈ। ਸੋ ਪਲੀਜ਼ ਮੈਨੂੰ ਨਾ ਇਹਦੇ ਬਾਰੇ ਕੁਛ ਵੀ ਜਾਣਕਾਰੀ ਇਕੱਠੀ ਕਰਕੇ ਤਾਂ ਮੈਨੂੰ ਦੁਬਾਰਾ ਮਤਲਬ ਚਾਹੇ ਮੈਨੂੰ ਮੈਸੇਜ ਦੇ ਵਿੱਚ ਭੇਜ ਦੇ ਜਾਂ ਕੋਈ ਫੋਟੋ ਵਗੈਰਾ ਭੇਜ ਦੇ, ਜੇ ਤੁਹਾਨੂੰ ਜਿੰਨਾ ਵੀ ਜਾਣਕਾਰੀ ਮਿਲਦੀ ਆ ਨਾ ਤਾਂ ਮੈਨੂੰ ਛੇਤੀ ਤੋਂ ਛੇਤੀ ਉਹ ਜਾਣਕਾਰੀ ਭੇਜ ਮੇਰੇ ਤੱਕ ਤਾਂ ਕਿ ਆਪਾਂ ਉਹ ਜਗਤਾਰ ਸਿੰਘ ਦੀ ਮਦਦ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਮੇਰੀ ਕੁੜੀ ਬਾਰੇ ਪਤਾ ਲੱਗਿਆ ਕੁਛ? ਹਾਂਜੀ ਜਗਤਾਰ ਸਿੰਘ ਜੀ, ਤੁਸੀਂ ਸਾਡੇ ਕੋਲ ਕੱਲ੍ਹ ਆਸ ਲੈ ਕੇ ਆਏ ਸੀਗੇ ਤਾਂ ਅਸੀਂ ਬੜੀ ਮਤਲਬ ਜਿਵੇਂ ਹੁੰਦਾ ਨਹੀਂ ਜਿੰਨੇ ਕੁ ਵੀ ਸਾਡੇ ਸੋਰਸ ਹੈਗੇ ਆ ਜਾਣ ਜਾਣਕਾਰ ਕੋਈ ਯਾਰ ਦੋਸਤ ਜਿਹੜੇ ਕੋਈ ਇਹ ਕੰਮ ਪਤਾ ਕਰ ਸਕਦੇ ਸੀਗੇ ਉਹਨਾਂ ਰਾਹੀਂ ਪਤਾ ਲਾਇਆ ਵਾ, ਅਤੇ ਤੁਹਾਡੀ ਕੁੜੀ ਬਾਰੇ ਜਾਣਕਾਰੀ ਕੁਛ ਸਾਨੂੰ ਮਿਲੀ ਆ, ਉਹ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ। ਆਹ ਤੁਸੀਂ ਦੇਖੋ, ਆਹ ਉਹ ਬੰਦੇ ਦੀ ਫੋਟੋ ਆ ਜਿਹੜਾ ਬੰਦੇ ਦਾ ਇਸ ਕੁੜੀ ਨੂੰ ਕਿਡਨੈਪ ਕਰਨ ਦੇ ਵਿੱਚ ਹੱਥ ਆ। ਸੋ ਇਹ ਨਿੱਕ ਜਾਣਕਾਰੀ ਮੈਂ ਤੁਹਾਨੂੰ ਇਕੱਠੀ ਕਰਕੇ ਦਿੱਤੀ ਆ, ਪਰ ਜਿਹੜਾ ਬਾਕੀ ਦਾ ਇਨਸਾਫ ਆ ਉਹ ਤੁਹਾਨੂੰ ਆਪ ਹੀ ਲੈਣਾ ਪਵੇਗਾ, ਕਿਉਂਕਿ ਮੈਂ ਇੱਕ ਜਸਟ ਸੋਸ਼ਲ ਵਰਕ ਕਰਦਾ ਵਾਂ, ਮੈਂ ਕੋਈ ਕਾਨੂੰਨੀ ਬੰਦਾ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਬਾਕੀ ਦਾ ਕੰਮ ਆ ਉਹ ਤੁਸੀਂ ਆਪਦੇ ਲੈਵਲ 'ਤੇ ਪੁਲਿਸ ਤੋਂ ਕਰਵਾਉਣਾ ਜਾਂ ਕਿਸੇ ਤੋਂ ਵੀ ਕਰਵਾਉਣਾ ਜਾਂ ਆਪ ਕਰਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਕਰੋ। ਮੈਂ ਜਿੰਨੀ ਤੁਹਾਡੀ ਮਦਦ ਕਰ ਸਕਦਾ ਸੀਗਾ ਤਾਂ ਉਨੀ ਕੁ ਮੈਂ ਤੁਹਾਡੀ ਜਾਣਕਾਰੀ ਮੁਹੱਈਆ ਕਰਵਾਈ ਹੈ ਕਿ ਆਹ ਕੰਮ ਦੇ ਪਿੱਛੇ ਜਿਹੜਾ ਆਹ ਬੰਦਾ ਵਾ ਇਹ ਬੰਦਾ ਇਨਵੋਲਵ ਵਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਮੇਰੀ ਗੁੜੀਆ ਦਾ ਪਤਾ ਲੱਗਿਆ ਤੁਹਾਨੂੰ? ਹਾਂਜੀ, ਇੱਕ ਸਵੈਟਰ ਮਿਲਿਆ ਆ ਮੇਰੇ ਚਾਨਣ ਆਏ ਮੇਰੇ। ਅੱਛਾ 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 ਅੱਛਾ, ਇਹ ਤੁਹਾਡੀ ਗੁੱਡੀ ਦਾ ਹੀ ਆ? ਹਾਂਜੀ ਮੇਰੀ ਚਾਨਣ। ਅੱਛਾ ਅੱਛਾ, ਚਲੋ ਫਿਰ ਆਪਾਂ ਇਦਾਂ ਕਰਦੇ ਆ, ਜਿੱਥੋਂ ਇਹ ਸਵੈਟਰ ਮਿਲਿਆ ਨਾ ਕੰਡਰਾਂ 'ਚੋਂ ਆਪਾਂ ਪਤਾ ਕਰਕੇ ਆਉਂਦੇ ਆ। ਚਲੋ ਚਲੋ ਕੋਈ ਗੱਲ ਨਹੀਂ, ਆਪਾਂ ਉੱਥੋਂ ਲੱਭ ਲੈਣਾ ਕੁੜੀ ਨੂੰ। ਜਾਣ ਵੀ ਤੂੰ ਕਰਨ ਜਾ, ਮੈਂ ਸਰਪੰਚ ਸਾਹਿਬ ਨਾਲ ਨਾ ਕੰਡਰਾਂ 'ਚ। ਨਹੀਂ ਨਹੀਂ, ਮੈਂ ਨਾਲ ਹੀ ਜਾਊਂਗੀ। ਚਲੋ ਚਲੋ ਮੇਰੇ ਸਰਪੰਚ ਸਾਹਿਬ ਜੀ। ਚਲੋ ਵੀ ਚਲੋ ਚੱਲੀਏ ਫਿਰ। ਚਲੋ ਉਹ ਸਾਲਾ ਨਿੱਕਾ ਜਿਹਾ ਸਵਾਟਰ ਸੀ, ਪਿੰਡ ਦੇ ਬੰਦੇ ਦੇ ਇਹੋ ਜਿਹਾ ਹੱਥ ਲੱਗਿਆ ਕੁੜੀ ਦਾ, ਕੰਜਰ ਦੇ ਨੇ ਭਮੂਕੇ ਵਾਂਗੂ ਪਿੰਡ ਦੇ ਵਿੱਚ ਅੱਗ ਫੈਲ ਗਈ, ਅੱਗ ਪਿੰਡ ਦੇ ਵਿੱਚ। ਮੈਨੂੰ ਲੱਗਦਾ ਹੁਣ ਜੱਗਿਆ ਪਿੰਡ ਵਾਲੇ ਕੁੱਟ ਕੁੱਟ ਕੇ ਮਾਰ ਦੇਣਗੇ, ਬੰਦੇ ਵੀ ਹੁਣ ਛੁੱਟੀ ਦੇ ਗਏ ਹੋਏ ਨੇ 2 ਦਿਨ ਦੀ, ਤੇ ਐਂ ਕਰ ਇੰਨੇ ਇੱਥੋਂ ਅੱਡਾ ਛੱਡ ਕੇ ਨਿਕਲ ਚੱਲ, ਹੁਣ ਨਾ ਇੱਥੇ ਖੜ, ਦੇਖੀ ਜਾਓ ਫਿਰ। ਆ ਬੱਚੀ ਦਾ ਦੱਸ ਕੀ ਕਸੂਰ ਆ, ਸਵੈਟਰ ਮਿਲਿਆ? ਅੱਜ ਧੀਆਂ ਦੇ ਮਾਪਿਆਂ ਨੂੰ ਡਰ ਸਤਾਵੇ, ਕਿਤੇ ਸਾਡੀ ਧੀ ਦੇ ਨਾਲ ਅਣਹੋਣੀ ਨਾ ਹੋ ਜਾ।
ਨਹੀਂ ਸੁਣਾਵਾਂ ਗੱਲ ਕਰਾਂ ਵੰਡ ਵਾਲੀ ਜਾ ਚੁਰਾਸੀ ਦੀ ਸੁਣਾਵਾਂ ਤੈਥੋਂ ਲੁਕਿਆਣਾ ਵਿੱਚ ਗੁਜਰਾਤ ਹੋਇਆ ਕੀ ਮੇਰੀ ਗੁੜੀਆ ਮੇਰੀ ਗੁੜੀਆ ਹਾਏ ਮੇਰੀ ਗੁੜੀਆ ਹਾਏ ਮੇਰੀ ਗੁੜੀਆ ਹਾਏ ਮੇਰੀ ਗੁੜੀਆ ਚਲੋ ਆਪਾਂ ਚੱਲੀਏ ਚੰਨ ਮਿਲ ਗਿਆ ਆਪਣੀ ਚੰਨ ਮਿਲ ਗਿਆ ਕਿੱਥੇ ਆ ਕਿੱਥੇ ਆ ਕਿੱਥੇ ਹਾਏ ਮੇਰੀ ਚੰਨ ਮਿਲ ਗਈ ਹਾਏ ਮੇਰੀ ਗੁੜੀਆ ਹਾਏ ਮੇਰੀ ਚੰਨ ਸਰਪੰਚ ਸਾਹਿਬ ਹਾਏ ਮੇਰੀ ਚੰਨ ਇੱਥੇ ਆ ਉਹਦੇ ਕੱਪੜੇ ਮਿਲ ਗਏ ਉਹਦੇ ਕੋਈ ਨਹੀਂ ਆਪਾਂ ਦੁਬਾਰਾ ਦੇਖ ਲੈਂਦੇ ਹਾਂ ਤਾਂ ਚੰਗੀ ਤਰ੍ਹਾਂ ਦੇਖਦੇ ਹਾਂ ਹੁਣ ਫਿਰ ਇੱਥੇ ਮਿਲ ਜਾਣੀ ਮੇਰੀ ਚੰਨ ਹਾਏ ਸਰਪੰਚ ਸਾਹਿਬ ਮੇਰੀ ਚੰਨ ਇੱਥੇ ਆ ਆਪਣੇ ਚੰਨ ਦੀ ਮਾਂ ਜਾਂ ਕੋਈ ਆਪਾਂ ਦੁਬਾਰਾ ਦੇਖਦੇ ਹਾਂ ਇੱਥੇ ਚੰਨ ਆਪਣੀ ਆਉਂਦੀ ਆਪਾਂ ਇੱਧਰ ਆਵਾਜ਼ ਆ ਰਹੀ ਸੀ ਤੈਨੂੰ ਅਸੀਂ ਡੀਕਦੇ ਰਹੇ ਪੁੱਤ ਪਰ ਪੁੱਤ ਜਿਹੜੇ ਬੰਦੇ ਨੇ ਤੇਰੇ ਨਾਲ ਕੀਤਾ ਨਾ ਉਹਨੂੰ ਮੈਂ ਛੱਡੂਗਾ ਨੀ ਉਹਨੂੰ ਮਾਰ ਦੂ ਅੱਜ ਮੈਂ ਕੋਈ ਗੱਲ ਨੀ ਉਹ ਬੰਦਾ ਤਾਂ ਆਪਾਂ ਹੁਣ ਨੀ ਛੱਡਾਂਗੇ ਉਹ ਬੰਦੇ ਨੂੰ ਆਪਾਂ ਫੜ ਕੇ ਉਹਨੂੰ ਮਾਰ ਕੇ ਛੱਡੂ ਹੁਣ ਮੈਂ ਚਲੋ ਹੁਣ ਆਪਾਂ ਇੱਦਾਂ ਕਰੀਏ ਇਹ ਏਰੀਆ ਖਤਰਨਾਕ ਆ ਆਪਾਂ ਘਰ ਨੂੰ ਚੱਲਦੇ ਹਾਂ ਜੱਗੇ ਨੂੰ ਕਿਹੜਾ ਨੀ ਜਾਣਦਾ ਸਾਰੇ ਜਾਣਦੇ ਆ ਮੂੰਹ ਸਿਰ ਜਾ ਲਵੇਟ ਹੀ ਲੈਂਦੇ ਆ ਕਿਤੇ ਹੋਰ ਪਿੰਡ ਵਾਲੇ ਵਸਾਉਣ ਲੈਣ ਹੈ ਜਗ੍ਹਾ ਲੁਕਣ ਵਾਸਤੇ ਵਧੀਆ ਲੱਗਦਾ ਪਿੰਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਦਾ ਇੱਥੇ ਲੁਕ ਜਾਣਾ ਦੇਖੀ ਜਾਓ ਬਹੁਤ ਵਧੀਆ ਜੀ ਮੈਨੂੰ ਲੱਗਦਾ ਇੱਥੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਉਹ ਟਿੱਪਿਆਂ ਦੇ ਵਿੱਚ ਜੱਗਾ ਤਾਂ ਸਮਾ ਜੂਗਾ ਹੌਲੇ ਹੋਣਗੀਆਂ ਵਾਰਦਾਤਾਂ ਦੇਖੀ ਜਾਓ ਫਿਰ ਉੱਪਰ ਚੜ੍ਹ ਕੇ ਦੇਖਦੇ ਹਾਂ ਕੀ ਨਜ਼ਾਰਾ ਉਹ ਲੱਗਦਾ ਕੰਮ ਤਾਂ ਹੈਗਾ ਸਿਰੇ ਵੀ ਠੀਕ ਆ ਉਹ ਤੇਰੀ ਜੱਗਿਆ ਜੱਗਿਆ ਦੇਖ ਜੱਗਾ ਦਾ ਨਜ਼ਾਰੇ ਲਊਗਾ ਨਜ਼ਾਰੇ ਇੱਥੇ ਕਿਹੜਾ ਚੜ੍ਹਜੂ ਦੇਖ ਲੂੰਗਾ ਓਏ ਵੱਡੇ ਬੈਲੀਆਂ ਨੂੰ ਪਹਿਲਾਂ ਕਿਹੜਾ ਅਤਿਆਚਾਰ ਨੀ ਕਿਹੜਾ ਇੱਥੇ ਹੀ ਬੈਠੂ ਜੱਗਾ ਦਾ ਇਹ ਉਹੀ ਬੰਦਾ ਲੱਗਦਾ ਯਾਰ ਮੈਨੂੰ ਜਿਹਨੇ ਮੇਰੀ ਕੁੜੀ ਨਾਲ ਗਲਤ ਕੰਮ ਕੀਤਾ ਸਾਲੇ ਨੂੰ ਅੱਜ ਨਹੀਂ ਜਾਣ ਦਿੰਦਾ ਜਿਹਨੇ ਲੱਭ ਵੀ ਲੈਤਾ ਮੇਰਾ ਕੀ ਵਿਗਾੜ ਲੂ ਆਹ
ਅੱਜ ਤੋਂ ਬਾਅਦ ਕੋਈ ਕੁੜੀਆਂ ਨਾਲ ਗਲਤ ਕੰਮ ਕਰੂਗਾ ਨਾ ਉਹਦੇ ਨਾਲ ਆਹੀ ਸਲੂਕ ਹੋਊਗਾ। ਚੜੇ ਨਾ ਰੱਬਾ ਪੈਰੀ ਦੀ ਵਿਧੀ ਬਲੀ ਰੇ ਪਦੀ ਚੜੇ।